ਹੁਣ ਪੂਰੀ ਤੋੜ ਲੱਗੀ ਹੋਈ ਹੁਣ ਇਸ ਟਾਈਮ ਪੂਰੀ ਤਾਂ ਨਹੀਂ ਮੈਂ ਕਹਿ ਸਕਦਾ ਹੁਣ ਸਰੀਰ ਮੰਗ ਰਹੇ ਨਸ਼ੇਤੀ ਜਾਣ ਤੋਂ ਲਾਉਣਾ ਸਰੀਰ ਮੰਗ ਰਿਹਾ ਹੁਣ ਆਪਾਂ ਤੁਹਾਨੂੰ ਦਵਾਈ ਦਿੰਦੇ ਹਾਂ ਪ੍ਰੋਡਕਟ ਦਿੰਦੇ ਹਾਂ 10 ਮਿੰਟ ਚ ਤੋੜ ਖਤਮ ਹੋ ਜਾਊਗੀ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਰਹਿੰਦੀ ਨਹੀਂ ਜਿਹੜਾ ਨਸ਼ਾ ਹੁੰਦੇ ਸਰੀਰ ਮੰਗ ਰਿਹਾ ਨਾ ਉਹ 10 ਤੋਂ 15 ਮਿੰਟ ਚ ਖਤਮ ਹੋ ਇਹ ਹਮੇਸ਼ਾ ਇਹੀ ਪਾਉਣੇ ਨੇ ਪੀਸੀ ਨਹੀਂ ਲਾਉਣੀ ਇਹਦੀ ਚਾਰ ਚਮਚ ਪਾਉਣੇ ਨੇ 1 2 3 4 ਬਸ ਇੱਕ ਟਾਈਮ ਦੀ ਡੋਜ਼ ਹੈ ਅੱਛਾ ਤੇ 3 ਟਾਈਮ ਦੇਣੀ ਹੈ ਇੱਕ ਦਿਨ ਦੇ ਵਿੱਚ ਸਵਾ ਜਿੰਨੇ ਵਜੇ ਉੱਠ ਕੇ ਨਸ਼ਾ ਕਰਨ ਨੂੰ ਜੀ ਕਰਦਾ ਉਦੋਂ ਅੱਧਾ ਘੰਟਾ ਪਹਿਲਾਂ ਹੀ ਲੈਣੀ ਮੁੜ ਕੇ ਨਸ਼ੇ ਨੂੰ ਜੀ ਹੋ ਨਹੀਂ ਜਾਂਦਾ ਘੋਲ ਲੈਣ ਲੈ ਕੇ ਰੱਬ ਦਾ ਨਾ ਕਹਿ ਭਗਵਾਨ ਨੂੰ ਵੀ ਮੁੜ ਕੇ ਮੈਨੂੰ ਲੋੜ ਨਾ ਪਵੇ ਮੈਨੂੰ ਗੰਦੇ ਨਸ਼ੇ ਦੀ ਲੋੜ ਨਾ ਪਵੇ ਥੋੜਾ ਥੋੜਾ ਤਾਂ ਨਹੀਂ ਬਿਲਕੁਲ ਓਕੇ ਇਹਨੂੰ ਦਹੀਂ ਦੇ ਵਿੱਚ ਦਿੰਦੇ ਹੋ ਕਦੇ ਵੀ ਲੂਣ ਨਹੀਂ ਪਾਉਣਾ ਮਿਸ਼ਰੀ ਪਾ ਸਕਦੇ ਹੋ ਖੰਡ ਪਾ ਸਕਦੇ ਲੋੜ ਨਹੀਂ ਪਾਉਣਾ ਖੰਡ ਨਾਲੋਂ ਜਾਂ ਮਿਸ਼ਰੀ ਪਾਓ ਸ਼ੱਕਰ ਪਾਓ ਖੰਡ ਤਾਂ ਬੇਕਾਰ ਚੀਜ਼ ਹੁੰਦੀ ਚਲੋ ਤੁਹਾਡੇ ਸਾਹਮਣੇ ਨਾ ਬੰਦਾ 10 ਮਿੰਟ ਚੱਲ ਘਰੇ ਨਸ਼ਾ ਕਰੀਏ ਜਿੱਦਾਂ ਵੀ ਖਿੱਚਦਾ ਬੰਦੇ ਨੂੰ ਉਵੇਂ ਸਰੀਰ ਮਤਲਬ ਹੋ ਗਿਆ ਸੀ ਮੇਰਾ ਤੇ ਜਦੋਂ ਦਵਾਈ ਕੀਤੀ ਉਹ 10 ਮਿੰਟ ਬੈਠਿਆ ਮੈਨੂੰ ਕੋਈ ਪਰਵਾਹ ਹੀ ਨਹੀਂ ਕਿਸੇ ਗੱਲ ਦੀ ਭਾਸ਼ਾ ਨਹੀਂ ਰਾਹ ਨਹੀਂ ਹੁਣ ਪਰਵਾਹ ਨਹੀਂ ਸੈੱਟ ਹੋ ਗਿਆ ਹਾਂਜੀ ਯਾਰ ਸਰੂਰ ਮਤਲਬ ਨਾ ਮੈਨੂੰ ਪਤਾ ਨੀ ਕਿਉਂ ਐ ਲੱਗੀ ਅੰਦਰੋਂ ਖੁਸ਼ੀ ਵਾਲੀ ਫੀਲਿੰਗ ਆਈ ਜਾਂਦੀ ਬਸ ਆ ਹੋ ਰਿਹਾ ਮੈਨੂੰ ਅੰਦਰੋਂ ਖੁਸ਼ੀ ਵਾਲੀ ਫੀਲਿੰਗ ਆਉਂਦੀ ਬੱਚੇ ਨੂੰ ਕੀ ਕਰਦਾ ਇਹ ਹੈਪੀ ਹਾਰਮੋਨ ਜੋ ਸਾਰੇ ਐਕਟੀਵੇਟ ਕਰਦੇ ਖੁਸ਼ੀ ਮਾਤਾ ਠੀਕ ਹੈ ਬੇਬੇ ਇੱਕ ਮਹੀਨਾ ਲਗਾਤਾਰ ਦਵਾਈ ਦੇਣੀ ਹੈ ਧਿਆਨ ਰੱਖ ਇਹ ਤੇਰੀ ਜ਼ਿੰਮੇਵਾਰੀ ਹੈ ਇੰਨਾ ਇਹਨੂੰ ਸੋਸਾਇਟੀ ਤੋਂ ਬਚਾ ਕੇ ਰੱਖੀ ਦੋ ਕੰਮ ਕਰਨਾ ਵੀਰ ਮੇਰੇ ਬਹੁਤ ਵਧੀਆ ਦਵਾਈ ਆ ਮੈਂ ਸਹੀ ਕਹਿੰਦਾ ਮੈਂ ਬੜੀਆਂ ਦਵਾਈਆਂ ਖਾ ਕੇ ਵੇਖੀਆਂ ਆਹ ਦਵਾਈ ਇਹਦਾ ਅਲੱਗ ਹੀ ਚੀਜ਼ ਆ ਵੀ ਮਤਲਬ ਬੰਦੇ ਨੂੰ ਪਤਾ ਹੀ ਨੀ ਲੱਗਦਾ ਜਿੱਦਾਂ ਨਵ ਜੰਮੇ ਬੱਚਾ ਨੀ ਹੁੰਦਾ ਹਨਾ ਉਵੇਂ ਸਰੀਰ ਹੋ ਜਾਂਦਾ ਜਾਣੀ ਕਿ ਉਹਨੂੰ ਕਿਸੇ ਚੀਜ਼ ਦੀ ਲੋੜ ਨੀ ਬੰਦਾ ਇਹਨੂੰ ਲਗਾਤਾਰ ਦਵਾਈ ਦੇਣੀ ਤੁਹਾਡੀ ਜ਼ਿੰਮੇਵਾਰੀ ਆ ਅਗਰ ਤੁਸੀਂ ਨਹੀਂ ਦਿੰਦੇ ਫਿਰ ਸਾਡੀ ਕੋਈ ਗੱਲ ਅੱਜ